ਦਿੱਲੀ ਦੇ ਸੀਐਮ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਦਾ ਪ੍ਰਦਰਸ਼ਨ। ਮੋਹਾਲੀ ਚ ਆਪ ਲੀਡਰਾਂ ਤੇ ਵਰਕਰਾਂ ਦਾ ਜ਼ਬਰਦਸਤ ਵਿਰੋਧ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਮਚੀ ਸਿਆਸੀ ਹਲਚਲ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਆਪ ਵਰਕਰ ਕਰ ਰਹੇ ਵਿਰੋਧ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ। ਚੰਡੀਗੜ੍ਹ 'ਚ ਆਪ ਲੀਡਰਾਂ ਤੇ ਪੁਲਿਸ ਵਿਚਕਾਰ ਜ਼ਬਰਦਸਤ ਧੱਕਾ ਮੁੱਕੀ। ਛੱਡੀਆਂ ਪਾਣੀ ਦੀਆਂ ਬੁਛਾਰਾਂ। ਚੰਡੀਗੜ੍ਹ 'ਚ ਪ੍ਰਦਰਸ਼ਨ ਕਰ ਰਹੇ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ, ਲਾਲਜੀਤ ਭੁੱਲਰ, ਲਾਲ ਚੰਦ ਕਟਾਰੂਚਾ, ਕੁਲਦੀਪ ਸਿੰਘ ਧਾਲੀਵਾਲ, ਹਰਚੰਦ ਸਿੰਘ ਬਰਸਤ ਅਤੇ ਬਲਕਾਰ ਸਿੰਘ ਸਮੇਤ ਕਈ ਲੀਡਰ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵੱਡਾ ਬਿਆਨ। ਏਜੰਸੀਆਂ ਰਾਹੀਂ ਕੇਂਦਰ ਸਰਕਾਰ ਲੋਕਤੰਤਰ ਦਾ ਕਰ ਰਹੀ ਹੈ ਘਾਣ। ਲੋਕ ਸਭਾ ਚੋਣਾਂ ਤੋਂ ਪਹਿਲਾਂ ਏਜੰਸੀਆਂ ਵੱਲੋਂ ਵਿਰੋਧੀਆਂ ਦੀ ਗ੍ਰਿਫਤਾਰੀ ਤੇ ਖੜੇ ਕੀਤੇ ਸਵਾਲ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੰਜਾਬ ਦੇ ਇੱਕ ਸੈਲਾਨੀ ਦੀ ਹੱਤਿਆ। ਆਪਣੇ ਦੋਸਤਾਂ ਨਾਲ ਰੈਸਟੋਰੈਂਟ ਵਿੱਚ ਗਿਆ ਸੀ ਨੌਜਵਾਨ, ਉੱਥੇ ਸ਼ਰਾਬੀ ਨੂੰ ਲੈ ਕੇ ਝਗੜਾ ਹੋ ਗਿਆ, ਜਿਸ 'ਚ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਲੋਕਾਂ ਨੇ ਉਸਦੀ ਕੁੱਟਮਾਰ ਕੀਤੀ। ਇਸ ਲੜਾਈ ਵਿੱਚ ਸਿਰ 'ਤੇ ਡੂੰਘੀ ਸੱਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ। ਸੈਕਟਰ 42 ਦੀ ਲੇਕ ਪਾਰਕਿੰਗ ਵਿੱਚ ਈਵੀ ਚਾਰਜਿੰਗ ਸਟੇਸ਼ਨ ਦੀਆਂ ਗੰਨਾਂ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ 5 ਨਾਬਾਲਗ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ 2 ਸਕਰੈਪ ਡੀਲਰ ਕਾਬੂ। ਇਹਨਾਂ ਦੀ ਪਹਿਚਾਣ 41 ਸਾਲਾ ਗੰਗਾ ਰਾਮ ਅਤੇ 37 ਸਾਲਾ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਕੋਲੋਂ 7 ਮਦਰ ਬੋਰਡ, MCB ਬਿਜਲੀ ਦੇ ਮੀਟਰ, ਲੋਹੇ ਦੇ ਢੱਕਣ, ਚਾਰਜਰ ਕੀਤੇ ਬਰਾਮਦ। ਗੁਰਦਾਸਪੁਰ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਆਪਣਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦਿਆਂ ਜ਼ਿਲ੍ਹਾ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਕਹੀ ਗੱਲ। ਜਲੰਧਰ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਆਪਣਾ ਅਹੁਦਾ ਸੰਭਾਲਿਆ। ਅੱਜ DC ਹਿਮਾਂਸ਼ੂ ਅਗਰਵਾਲ ਆਪਣੇ ਪਿਤਾ ਅਤੇ ਸਹੁਰੇ ਸਮੇਤ ਜਲੰਧਰ ਪ੍ਰਸ਼ਾਸਨਿਕ ਦਫ਼ਤਰ ਦਾ ਚਾਰਜ ਸੰਭਾਲਣ ਪਹੁੰਚੇ। DC ਅਗਰਵਾਲ ਨੇ ਅਹੁਦਾ ਸੰਭਾਲਦੇ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅਤੇ ਸਾਰੇ ਵਿਭਾਗਾਂ ਦੇ ਪੈਂਡਿੰਗ ਕੰਮਾਂ ਬਾਰੇ ਲਈ ਜਾਣਕਾਰੀ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਇਕਦਮ ਬਦਲਿਆ ਮੌਸਮ ਦਾ ਮਿਜਾਜ਼। ਦੂਜੇ ਪਾਸੇ ਦੇਸ਼ ਵਿੱਚ ਗਰਮੀ ਨੇ ਦਿੱਤੀ ਦਸਤਕ। ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜੇਮਾਰੀ ਦੀ ਕੀਤੀ ਭਵਿੱਖਬਾਣੀ। ਸ਼ਰਾਬ ਘੁਟਾਲੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਰ ਰਾਤ ED ਨੇ ਗ੍ਰਿਫਤਾਰ ਕਰ ਲਿਆ। ਘਰ 'ਚ ਲੰਬੀ ਪੁੱਛਗਿੱਛ ਤੋਂ ਬਾਅਦ ਜਾਂਚ ਏਜੰਸੀ ਨੇ ਕੇਜਰੀਵਾਲ ਨੂੰ CM ਹਾਊਸ ਤੋਂ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਆਪ ਲੀਡਰਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ। ਬਿਹਾਰ ਦੇ ਸੁਪੌਲ 'ਚ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ, ਜਿੱਥੇ ਕੋਸੀ ਨਦੀ ਦੇ ਬਣ ਰਹੇ ਪੁਲ ਦੀ ਸਲੈਬ ਡਿੱਗ ਗਈ। ਇਸ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ 9 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ। ਬਿਹਾਰ 'ਚ ਪੁਲ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਵਿਰੋਧੀ ਧਿਰ ਅਤੇ ਜਨਤਾ ਪੁਲ ਦੀ ਗੁਣਵੱਤਾ 'ਤੇ ਸਵਾਲ ਉਠਾ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਬਰਹੁੱਡ ਫਸਟ ਨੀਤੀ ਤਹਿਤ ਭੂਟਾਨ ਨਾਲ ਭਾਰਤ ਦੇ ਵਿਲੱਖਣ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ 2 ਦਿਨਾਂ ਰਾਜ ਦੌਰੇ 'ਤੇ ਨੇ। ਇਸ ਦੌਰਾਨ ਪਾਰੋ ਹਵਾਈ ਅੱਡੇ 'ਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ PM ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। ਪਾਰੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਥਿੰਫੂ ਤੱਕ ਦੇ 45 ਕਿਲੋਮੀਟਰ ਲੰਬੇ ਰਸਤੇ ਨੂੰ ਭਾਰਤ ਅਤੇ ਭੂਟਾਨ ਦੇ ਝੰਡਿਆਂ ਦੇ ਨਾਲ ਸਜਾਇਆ ਗਿਆ ਸੀ। ਸ਼ਰਾਬ ਘੁਟਾਲੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਆਪ ਲੀਡਰਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਮੰਤਰੀ ਆਤਿਸ਼ੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਇਸ ਮੌਕੇ ਮੰਤਰੀ ਆਤਿਸ਼ੀ ਨੇ
ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਬੀਜੇਪੀ ਤੇ ਵੱਡੇ ਆਰੋਪ ਲਗਾਏ ਨੇ। ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਤਮਿਲਨਾਡੂ ਅਤੇ ਪੁਡੂਚੇਰੀ ਦੇ ਉਮੀਦਵਾਰਾਂ ਦੇ ਨਾਮ ਸ਼ਾਮਲ ਨੇ। ਦੱਸ ਦਈਏ ਕਿ ਲੋਕ ਸਭਾ ਚੋਣਾਂ 2024 ਦੇ ਪਹਿਲੇ ਦੌਰ ਦੇ ਵਿੱਚ ਤਮਿਲਨਾਡੂ ਅਤੇ ਪੁਡੂਚੇਰੀ ਦੇ ਵਿੱਚ 19 ਅਪ੍ਰੈਲ ਨੂੰ ਵੋਟਿੰਗ ਹੋਏਗੀ। ਦਿੱਲੀ ਤੋਂ ਪੰਜਾਬ, ਸ਼ਿਮਲਾ ਅਤੇ ਚੰਡੀਗੜ੍ਹ ਤੱਕ ਯਾਤਰਾ ਦੀਆਂ ਸਹੂਲਤਾਂ ਹੋਰ ਵਧਣ ਜਾ ਰਹੀਆਂ ਨੇ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਜਲਦੀ ਹੀ ਦਿੱਲੀ ਦੇ ਸੈਰ ਸਪਾਟਾ ਸਥਾਨਾਂ ਤੱਕ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ, ਜਿਸ ਨਾਲ ਸੈਲਾਨੀਆਂ ਅਤੇ ਵਾਤਾਵਰਣ ਨੂੰ ਫਾਇਦਾ ਹੋਵੇਗਾ। ਈਡੀ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਕਨਵੀਨੀਅਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿੰਨੇ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਮੈਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਅਰਵਿੰਦ ਕੇਜਰੀਵਾਲ ਜੋ ਮੇਰੇ ਨਾਲ ਕੰਮ ਕਰਦਾ ਸੀ ਅਤੇ ਸ਼ਰਾਬ ਦੇ ਖਿਲਾਫ ਆਵਾਜ਼ ਉਠਾਉਂਦਾ ਸੀ, ਹੁਣ ਸ਼ਰਾਬ ਦੀਆਂ ਨੀਤੀਆਂ ਬਣਾ ਰਿਹਾ ਹੈ। ਮੈਂ 2 ਵਾਰ ਚਿੱਠੀ ਲਿਖ ਕੇ ਸ਼ਰਾਬ ਨੀਤੀ ਲਈ ਮਨਾ ਵੀ ਕੀਤਾ ਸੀ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਸ਼ੁੱਕਰਵਾਰ ਨੂੰ RLV LEX 02 ਦੀ ਸਫਲ ਲੈਂਡਿੰਗ ਕਰਵਾਈ। ਇਸ ਸਵਦੇਸ਼ੀ ਸਪੇਸ ਸਟਲ ਦਾ ਨਾਂ ਪੁਸ਼ਪਕ ਰੱਖਿਆ ਗਿਆ। 3 ਆਜ਼ਾਦ ਵਿਧਾਇਕਾਂ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। 3 ਆਜ਼ਾਦ ਵਿਧਾਇਕਾਂ ਵਿੱਚ ਨਾਲਾਗੜ੍ਹ ਤੋਂ ਕ੍ਰਿਸ਼ਨ ਲਾਲ ਠਾਕੁਰ, ਡੇਰਾ ਤੋਂ ਹੁਸ਼ਿਆਰ ਸਿੰਘ ਅਤੇ ਹਮੀਰਪੁਰ ਤੋਂ ਆਸ਼ੀਸ਼ ਸ਼ਰਮਾ ਸ਼ਾਮਲ ਨੇ। 3 ਵਿਧਾਇਕ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਕੱਤਰੇਤ ਪਹੁੰਚੇ ਅਤੇ ਸਕੱਤਰ ਯਸ਼ਪਾਲ ਸ਼ਰਮਾ ਨੂੰ ਆਪਣੇ ਅਸਤੀਫੇ ਸੌਂਪੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 ਦਿਨਾਂ ਦੌਰੇ 'ਤੇ ਭੂਟਾਨ ਪਹੁੰਚ ਗਏ ਨੇ। ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਅੱਜ ਸਵੇਰੇ ਦਿੱਲੀ ਤੋਂ ਭੂਟਾਨ ਲਈ ਰਵਾਨਾ ਹੋਇਆ। PM ਮੋਦੀ ਦੀ ਭੂਟਾਨ ਯਾਤਰਾ ਪਹਿਲਾਂ 21-22 ਮਾਰਚ ਨੂੰ ਹੋਣੀ ਸੀ, ਪਰ ਖਰਾਬ ਮੌਸਮ ਕਾਰਨ ਇਸ ਵਿੱਚ ਦੇਰੀ ਹੋ ਗਈ ਅਤੇ ਹੁਣ ਇਹ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਥਿੰਫੂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਨਾਲ ਵੀ ਮੁਲਾਕਾਤ ਕੀਤੀ। PM ਮੋਦੀ ਨੂੰ ਮਿਲਣ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਖੁਸ਼ ਨੇ। ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦਾ ਮੌਕਾ ਦੇਣ ਦੇ ਲਈ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ 2 ਦਿਨਾਂ ਦੌਰੇ 'ਤੇ ਨੇ। ਪ੍ਰਧਾਨ ਮੰਤਰੀ ਅੱਜ ਸਵੇਰੇ ਨਵੀਂ ਦਿੱਲੀ ਤੋਂ ਭੂਟਾਨ ਦੇ ਲਈ ਰਾਜਧਾਨੀ ਥਿੰਦੂ ਲਈ ਰਵਾਨਾ ਹੋਏ ਅਤੇ ਕੁਝ ਘੰਟਿਆਂ ਬਾਅਦ ਭੂਟਾਨ ਪਹੁੰਚੇ। ਭੂਟਾਨ ਦੇ ਲੋਕ PM ਮੋਦੀ ਦੇ ਭੂਟਾਨ ਦੌਰੇ 'ਤੇ ਬਹੁਤ ਖੁਸ਼ ਨੇ ਅਤੇ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕ PM ਮੋਦੀ ਦੇ ਸਵਾਗਤ ਲਈ ਥਿੰਫੂ ਦੀਆਂ ਸੜਕਾਂ ਦੇ ਨਾਲ ਨਾਲ ਵੱਖ ਵੱਖ ਥਾਵਾਂ 'ਤੇ ਖੜ੍ਹੇ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਬੱਚੇ ਵੀ ਸੜਕ ਕਿਨਾਰੇ ਖੜ੍ਹੇ ਨਜ਼ਰ ਆਏ। ਬੱਚਿਆਂ ਨੇ ਹੱਥਾਂ ਦੇ ਵਿੱਚ ਭਾਰਤ ਅਤੇ ਭੂਟਾਨ ਦੇ ਝੰਡੇ ਫੜੇ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਵੀ ਬੱਚਿਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਲੋਕਾਂ ਨੂੰ ਮਿਲਦੇ ਹੋਏ ਉਹਨਾਂ ਨਾਲ ਬਹੁਤ ਪਿਆਰ ਕੀਤਾ। ਕਈ ਸਕੂਲਾਂ ਦੇ ਬੱਚੇ ਵੀ ਹੱਥਾਂ ਦੇ ਵਿੱਚ ਤਿਰੰਗੇ ਝੰਡੇ ਫੜ ਕੇ PM ਮੋਦੀ ਦਾ ਸਵਾਗਤ ਕਰਦੇ ਨਜ਼ਰ ਆਏ। ਬ੍ਰਿਟੇਨ ਵਿੱਚ ਨਾਗਰਿਕਾਂ ਦੀ ਗੋਪਨੀਯਤਾ ਦੀ ਸੁਰੱਖਿਆ ਲਈ ਜ਼ਿੰਮੇਵਾਰ ਸੂਚਨਾ ਕਮਿਸ਼ਨਰ ਦਫ਼ਤਰ ICO ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਨੂੰ ਕੇਟ ਮਿਡਲਟ ਦੀ ਮੈਡੀਕਲ ਰਿਕਾਰਡ ਦੇ ਕਥਿਤ ਲੀਕ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਬ੍ਰਿਟੇਨ ਦੇ ਵਿੱਚ ਇੱਕ ਪੁਰਾਣੀ ਜਾਂਚ ਰਿਪੋਰਟ ਦੀ ਚਰਚਾ ਹੋ ਰਹੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮਰੀਜ਼ ਦਾ ਮੈਡੀਕਲ ਰਿਕਾਰਡ ਆਪਣੇ ਸਟਾਫ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਰਿਪੋਰਟ ਕੇਅਰ ਕੁਆਲਿਟੀ ਕਮਿਸ਼ਨ ਦੁਆਰਾ ਸਾਲ 2021 ਵਿੱਚ ਜਾਰੀ ਕੀਤੀ ਗਈ ਸੀ। ਰਾਮ ਮੰਦਰ ਰੱਥ ਯਾਤਰਾ ਸੋਮਵਾਰ ਨੂੰ ਅਮਰੀਕਾ ਦੇ ਸ਼ਿਕਾਗੋ ਤੋਂ ਸ਼ੁਰੂ ਹੋਵੇਗੀ।
ਇਹ ਯਾਤਰਾ ਅਗਲੇ 60 ਦਿਨਾਂ ਵਿੱਚ 8000 ਮੀਲ ਤੋਂ ਵੱਧ ਦੀ ਦੂਰੀ ਤੈਅ ਕਰੇਗੀ ਅਤੇ 48 ਰਾਜਾਂ ਵਿੱਚ 851 ਮੰਦਰਾਂ ਦੇ ਦਰਸ਼ਨ ਕਰਾਏਗੀ। ਰੱਥ ਯਾਤਰਾ ਦਾ ਆਯੋਜਨ ਕਰਨ ਵਾਲੇ ਵਿਸ਼ਵ ਹਿੰਦੂ ਪਰਿਸ਼ਦ ਅਮਰੀਕਾ ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਨੇ ਦੱਸਿਆ ਕਿ ਟੋਇਟਾ ਸੀਏਨਾ ਵੈਨ 'ਤੇ ਬਣੇ ਰੱਥ ਦੇ ਵਿੱਚ ਭਗਵਾਨ ਰਾਮ, ਦੇਵੀ ਸੀਤਾ, ਲਕਸ਼ਮਣ ਅਤੇ ਹਨੂੰਮਾਨ ਦੀਆਂ ਮੂਰਤੀਆਂ ਹੋਣਗੀਆਂ। ਅਯੁੱਧਿਆ ਦੇ ਰਾਮ ਮੰਦਰ ਤੋਂ ਵਿਸ਼ੇਸ਼ ਪ੍ਰਸਾਦ ਅਤੇ ਪਵਿੱਤਰ ਅਕਸ਼ਤ ਦਾ ਕਲਸ਼ ਆਪਣੇ ਨਾਲ ਲਿਆਇਆ ਜਾਵੇਗਾ। ਰੱਥ ਯਾਤਰਾ 25 ਮਾਰਚ ਨੂੰ ਅਮਰੀਕਾ ਦੇ ਸ਼ਿਕਾਗੋ ਤੋਂ ਸ਼ੁਰੂ ਹੋਏਗੀ ਅਤੇ ਕਰੀਬ 8000 ਮੀਲ ਦਾ ਸਫ਼ਰ ਤੈਅ ਕਰੇਗੀ। ਯਾਤਰਾ ਦੌਰਾਨ ਅਮਰੀਕਾ ਦੇ 851 ਮੰਦਰਾਂ ਅਤੇ ਕੈਨੇਡਾ ਦੇ 150 ਮੰਦਰਾਂ ਦੇ ਦਰਸ਼ਨ ਕੀਤੇ ਜਾਣਗੇ। ਕੈਨੇਡਾ ਵਿੱਚ ਹੋਣ ਵਾਲੀ ਰੱਥ ਯਾਤਰਾ ਦਾ ਆਯੋਜਨ ਕੈਨੇਡਾ ਦੀ ਵਿਸ਼ਵ ਹਿੰਦੂ ਪਰਿਸ਼ਦ ਦੇ ਵੱਲੋਂ ਕੀਤਾ ਜਾ ਰਿਹਾ ਹੈ। ਮਰਹੂਮ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨੇਵਾਲਨੀ ਦੀ ਜੇਲ੍ਹ ਦੇ ਵਿੱਚ ਸ਼ੱਕੀ ਮੌਤ ਨੂੰ ਲੈ ਕੇ ਹੰਗਾਮਾ ਜਾਰੀ ਹੈ। ਉਹਨਾਂ ਦਾ ਪਰਿਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਲਗਾਤਾਰ ਦੋਸ਼ ਲਗਾ ਰਿਹਾ ਹੈ। ਇਸ ਦੌਰਾਨ ਨੇਵਾਲਨੀ ਦੀ ਮਾਂ ਨਿਊਡਲਾ ਨੂੰ ਸਦਮਾ ਲੱਗਾ ਹੈ। ਮਾਸਕੋ ਦੀ ਇੱਕ ਅਦਾਲਤ ਨੇ ਨਵੇਲਾ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਨੇਤਾ ਨੂੰ ਆਰਕਟਿਕ ਪੈਨਲ ਕਲੋਨੀ ਦੇ ਵਿੱਚ ਸਹੀ ਡਾਕਟਰੀ ਦੇਖਭਾਲ ਨਹੀਂ ਮਿਲੀ, ਜਿਸ ਕਾਰਨ ਉਸਦੀ ਮੌਤ ਹੋਈ। ਬੋਸਟਨ ਦੇ ਵਿੱਚ ਡਾਕਟਰਾਂ ਨੇ ਇੱਕ 62 ਸਾਲਾ ਮਰੀਜ਼ ਵਿੱਚ ਜੈਨੇਟਿਕ ਤੌਰ ਦੇ ਉੱਤੇ ਸੋਧੇ ਹੋਏ ਸੂਰ ਦੇ ਗੁਰਦੇ ਨੂੰ ਟ੍ਰਾਂਸਪਲਾਂਟ ਕੀਤਾ। ਮੈਸਾਚੁਸੇਟਸ ਜਨਰਲ ਹਸਪਤਾਲ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਪਹਿਲੀ ਵਾਰ ਹੈ ਕਿ ਸੂਰ ਦੇ ਗੁਰਦੇ ਨੂੰ ਕਿਸੇ ਜੀਵਤ ਵਿਅਕਤੀ ਦੇ ਵਿੱਚ ਟ੍ਰਾਂਸਪਲਾਂਟ ਕੀਤਾ। ਇਹ 9ਵੀਂ ਖ਼ਬਰ ਭਾਅ ਜੀ ਪੂਰੀ ਹੋਣ ਹੋਈ। ਅਸਥਾਈ ਜੰਗਬੰਦੀ ਅਤੇ ਬੰਦਕਾਂ ਦੀ ਰਿਹਾਈ ਲਈ ਇਜ਼ਰਾਈਲ ਅਤੇ ਹਮਾਸ ਵਿਚਾਲੇ ਫਿਰ ਤੋਂ ਬੈਠਕ ਹੋਣ ਜਾ ਰਹੀ ਹੈ। ਮੀਟਿੰਗ ਦੇ ਵਿੱਚ CIA ਡਾਇਰੈਕਟੋਰੇਟ, ਬਰਨਸ, ਕਤਰ ਦੇ ਪ੍ਰਧਾਨ ਮੰਤਰੀ ਮਹਿਮੂਦ ਬਿਨ ਅਬਦੁੱਲਾ ਅਲ ਥਾਨੀ ਅਤੇ ਮਿਸਰ ਦੇ ਖੁਫੀਆ ਮੰਤਰੀ ਕਾਮੇਲ ਸ਼ਾਮਲ ਹੋਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਬੈਠਕ ਦੇ ਲਈ ਇਜ਼ਰਾਈਲੀ ਵਫਦ ਦੇ ਰਵਾਨਾ ਹੋਣ ਨੂੰ ਮਨਜ਼ੂਰੀ ਦਿੱਤੀ ਸੀ। ਪ੍ਰਸਿੱਧ ਫਿਲਮ ਡਾਇਰੈਕਟਰ SS ਰਾਜਾਮੌਲੀ ਨਾਲ ਜਾਪਾਨ 'ਚ ਵਾਪਰਿਆ ਵੱਡਾ ਹਾਦਸਾ, ਬਾਲ ਬਾਲ ਬਚੀ ਜਾਣ। ਜਾਪਾਨ 'ਚ RRR ਦੀ ਸਪੈਸ਼ਲ ਸਕਰੀਨਿੰਗ ਸੀ ਅਤੇ ਰਾਜਾਮੌਲੀ ਫਿਲਮ ਦੀ ਟੀਮ ਦੇ ਨਾਲ ਉੱਥੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਸੀ। ਇਸ ਦੌਰਾਨ ਜਾਪਾਨ ਦੇ ਵਿੱਚ ਆਇਆ ਇੱਕ ਭਿਆਨਕ ਭੂਚਾਲ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ। ਸਲਮਾਨ ਖਾਨ ਦੀ ਭਾਣਜੀ ਅਲੀਸ਼ਾ ਅਗਨੀਹੋਤਰੀ ਦੀ ਫਿਲਮ ਫੁਰੇ ਨੂੰ ਦਰਸ਼ਕਾਂ ਨੇ ਕੀਤਾ ਕਾਫ਼ੀ ਪਸੰਦ। ਅਲੀਜ਼ਾ ਨੇ ਇਸ ਫਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਸਿਨੇਮਾਘਰਾਂ ਤੋਂ ਬਾਅਦ ਇਹ ਫਿਲਮ ਹੁਣ OTT ਨੂੰ ਕਰਨ ਜਾ ਰਹੀ ਹੈ ਹਿੱਟ। ਫਿਲਮ ਪੂਰੇ ਸਟ੍ਰੀਮਿੰਗ ਪਲੇਟਫਾਰਮ Zee5 'ਤੇ ਆਪਣੀ OTT ਰਿਲੀਜ਼ ਲਈ ਤਿਆਰ ਹੈ। ਜੈਕਲਿਨ ਫਰਨਾਂਡਿਸ ਨੇ ਸੁਕੇਸ਼ ਨੂੰ ਦਿੱਤਾ ਬਰਥਡੇ ਗਿਫਟ। ਸੁਕੇਸ਼ ਪਿਛਲੇ ਕਾਫ਼ੀ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ। ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਜੈਕਲਿਨ ਨੇ ਉਸ ਨੂੰ ਭੇਜਿਆ ਜਨਮ ਦਿਨ ਦਾ ਤੋਹਫ਼ਾ। ਅਜੇ ਦੇਵਗਨ ਨੇ ਇਸ ਸਾਲ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੀਤੇ ਪੂਰੇ ਪ੍ਰਬੰਧ। ਅਭਿਨੇਤਾ ਨੇ ਇੱਕ ਸਾਲ ਦੇ ਵਿੱਚ ਲੈ ਕੇ ਆ ਰਹੇ ਨੇ 5 ਫਿਲਮਾਂ। ਇਸ ਸਾਲ ਦੀ ਪਹਿਲੀ ਫਿਲਮ ਸ਼ੈਤਾਨ ਚੱਲ ਰਹੀ ਹੈ ਸਿਨੇਮਾਘਰਾਂ ਦੇ ਵਿੱਚ। ਸ਼ਾਹਿਦ ਕਪੂਰ ਨੇ ਸ਼ੁਰੂ ਕੀਤੀ ਫਿਲਮ ਦੇਵਾ ਦੀ ਸ਼ੂਟਿੰਗ। ਇਸ ਫਿਲਮ ਦੇ ਵਿੱਚ ਵੱਖਰੀ ਲੁੱਕ ਦੇ ਵਿੱਚ ਉਹ ਨਜ਼ਰ ਆਉਣਗੇ। ਫਿਲਮ ਦੇ ਸੈੱਟ ਤੋਂ ਨਵਾਂ ਲੁੱਕ ਆਇਆ ਸਾਹਮਣੇ। ਮੁੰਬਈ 'ਚ ਗਾਇਕ ਐਡ ਸ਼ੀਰਨ ਨੇ ਪਹਿਲੀ ਵਾਰ ਗਾਇਆ ਪੰਜਾਬੀ ਗੀਤ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਹੋਏ ਹੈਰਾਨ। ਗਾਇਕ ਦਲਜੀਤ ਦੋਸਾਂਝ ਨੇ ਵੀ ਉਹਨਾਂ ਦੇ ਨਾਲ ਕੀਤੀ ਸ਼ਿਰਕਤ ਅਤੇ ਆਪਣਾ ਗੀਤ ਲਵਰ ਕੀਤਾ ਪੇਸ਼। ਕਾਰਤਿਕ ਆਰਿਅਨ ਇੰਡਸਟਰੀ ਦੇ ਚੋਟੀ ਦੇ ਅਦਾਕਾਰਾਂ ਦੇ ਵਿੱਚੋਂ ਇੱਕ ਨੇ। ਕਾਰਤਿਕ ਨੇ ਆਪਣੇ ਕੈਰੀਅਰ ਦੀਆਂ
ਵਿੱਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਰਤਿਕ ਕਈ ਵੱਡੀਆਂ ਫਿਲਮਾਂ ਦੇ ਵਿੱਚ ਨਜ਼ਰ ਆਉਣਗੇ। ਕਾਰਤਿਕ ਇੱਕ ਵਾਰ ਫਿਰ ਐਕਸ਼ਨ ਦੇ ਵਿੱਚ ਵੀ ਨਜ਼ਰ ਆਉਣਗੇ। ਸਾਜਿਦ ਨਾਡੀਆਡਵਾਲਾ ਦੀ ਅਗਲੀ ਫਿਲਮ ਦੇ ਵਿੱਚ ਕਾਰਤਿਕ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਿੰਦੀ ਫਿਲਮ ਵੀਰ ਸਾਵਰਕਰ ਅੱਜ ਹੋਈ ਰਿਲੀਜ਼। ਫਿਲਮ ਦੇ ਵਿੱਚ ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਆਪ ਨੂੰ ਸਾਵਰਕਰ ਦੀ ਭੂਮਿਕਾ ਦੇ ਵਿੱਚ ਢਾਲ ਲਿਆ ਹੈ। ਵੀਰ ਸਾਵਰਕਰ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਇਹ ਫਿਲਮ। ਭੋਜਪੁਰੀ ਸੁਪਰਸਟਾਰ ਰਵੀ ਕਿਸ਼ਨ ਦੀ ਫਿਲਮ ਮਹਾਦੇਵ ਦਾ ਗੋਰਖਪੁਰ ਦੇ ਵਿੱਚ ਟ੍ਰੇਲਰ ਰਿਲੀਜ਼ ਹੋਇਆ। ਫਿਲਮ ਦੇ ਟ੍ਰੇਲਰ ਦੇ ਵਿੱਚ ਅਦਾਕਾਰ ਦੇ ਦਮਦਾਰ ਪ੍ਰਦਰਸ਼ਨ ਦੀ ਝਲਕ ਦੇਖਣ ਨੂੰ ਮਿਲੀ। 29 ਮਾਰਚ ਨੂੰ ਦੇਸ਼ ਭਰ ਦੇ ਵਿੱਚ ਰਿਲੀਜ਼ ਹੋਵੇਗੀ ਫਿਲਮ। ਭੋਜਪੁਰੀ ਸਿੰਗਰ ਨੇਹਾ ਸਿੰਘ ਇੱਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਲ ਬਾਲ ਬਚ ਗਈ। ਪ੍ਰੋਗਰਾਮ ਤੋਂ ਆ ਰਹੀ ਸੀ ਵਾਪਸ, ਇਸ ਦੌਰਾਨ ਸੜਕ ਹਾਦਸੇ ਦਾ ਹੋਈ ਸ਼ਿਕਾਰ। ਪਹਿਲੇ ਦੋ ਸੈਸ਼ਨ ਦੇ ਵਿੱਚ ਹਰ ਵਾਰ ਫਾਈਨਲ ਖੇਡਣ ਵਾਲੀ ਗੁਜਰਾਤ ਦੀ ਟੀਮ ਇਸ ਵਾਰ ਆਪਣਾ ਪਹਿਲਾ ਮੈਚ ਮੁੰਬਈ ਇੰਡੀਅਨਸ ਦੇ ਖਿਲਾਫ ਖੇਡੇਗੀ। ਸ਼ੁਭਮਨ ਗਿੱਲ ਪਹਿਲੀ ਵਾਰ IPL ਦੇ ਵਿੱਚ ਕਪਤਾਨੀ ਕਰਨਗੇ। ਗੁਜਰਾਤ ਕੋਲ ਮਜ਼ਬੂਤ ਬੱਲੇਬਾਜ਼ੀ ਲਾਈਨਅਪ ਹੈ। ਸਾਈ ਸੁਦਰਸ਼ਨ ਕਪਤਾਨ ਸ਼ੁਭਮਨ ਗਿੱਲ ਦੇ ਨਾਲ ਓਪਨਿੰਗ ਕਰਦੇ ਨਜ਼ਰ ਆ ਸਕਦੇ ਨੇ। ਨਾਲ ਹੀ ਤਜਰਬੇਕਾਰ ਬੱਲੇਬਾਜ਼ ਕੇਨ ਵਿਲੀਅਮਸਨ ਤੀਜੇ ਨੰਬਰ ਦੀ ਕਮਾਨ ਸੰਭਾਲ ਸਕਦੇ ਨੇ। ਇੰਡੀਅਨ ਪ੍ਰੀਮੀਅਰ ਲੀਗ 2024 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਚੇਨਈ ਸੁਪਰ ਕਿੰਗ ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਰਿਤੂਰਾਜ ਗਾਇਕਵਾੜ IPL ਦੇ 17ਵੇਂ ਸੀਜ਼ਨ ਦੇ ਵਿੱਚ ਮੌਜੂਦਾ ਚੈਂਪੀਅਨ CSK ਦੀ ਕਪਤਾਨੀ ਕਰਨਗੇ। ਗਾਇਕਵਾੜ ਤੋਂ ਪਹਿਲਾਂ ਅਨੁਭਵੀ ਮਹਿੰਦਰ ਸਿੰਘ ਧੋਨੀ ਟੀਮ ਦੇ ਕਪਤਾਨ ਸਨ। ਧੋਨੀ ਦੀ ਕਪਤਾਨੀ ਵਿੱਚ CSK ਨੇ 5 ਵਾਰ IPL ਟਰਾਫੀ ਜਿੱਤੀ ਹੈ। ਅਜਿਹੇ ਦੇ ਵਿੱਚ ਧੋਨੀ ਦਾ ਆਪਣੀ ਕਪਤਾਨੀ ਛੱਡਣਾ ਇੱਕ ਯੁੱਗ ਦੇ ਅੰਤ ਵਾਂਗ ਹੈ। ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਵਾਪਸੀ ਕਰਨ ਦੇ ਲਈ ਤਿਆਰ ਨੇ ਅਤੇ ਹੁਣ ਬ੍ਰੇਕ ਤੋਂ ਬਾਅਦ ਸਿੱਧੂ ਇੱਕ ਵਾਰ ਫਿਰ ਇਸ ਭੂਮਿਕਾ ਦੇ ਲਈ ਬਿਲਕੁਲ ਤਿਆਰ ਨਜ਼ਰ ਆ ਰਹੇ ਨੇ। ਸਿੱਧੂ 22 ਮਾਰਚ ਤੋਂ ਸ਼ੁਰੂ ਹੋ ਰਹੇ IPL 2024 ਦੀ ਇੱਕ ਵਾਰ ਫਿਰ ਤੋਂ ਕਮੈਂਟਰੀ ਕਰਦੇ ਨਜ਼ਰ ਆਉਣਗੇ। ਸਿੱਧੂ ਨੇ ਆਪਣੇ ਮਜ਼ਾਕੀਆ ਕਮੈਂਟਰੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਮੁੰਬਈ ਇੰਡੀਅਨਸ IPL 2024 ਸੀਜ਼ਨ ਦੇ ਵਿੱਚ 24 ਮਾਰਚ ਨੂੰ ਸ਼ੁਭਮਨ ਗਿੱਲ ਦੀ ਕਪਤਾਨੀ ਦੇ ਵਿੱਚ ਗੁਜਰਾਤ ਟਾਈਟਨ ਦੇ ਖਿਲਾਫ ਆਪਣੀ ਮੁਹਿੰਮ ਦੀ ਪਹਿਲੀ ਸ਼ੁਰੂਆਤ ਕਰੇਗੀ। ਹਾਰਦਿਕ ਨੇ 2 ਸਾਲ ਗੁਜਰਾਤ ਦੀ ਕਪਤਾਨੀ ਕੀਤੀ ਹੈ ਅਤੇ ਉਸਦੀ ਅਗਵਾਈ ਵਿੱਚ ਟੀਮ ਨੂੰ ਜੇਤੂ ਬਣਾਇਆ, ਜਦਕਿ ਪਿਛਲੇ ਸਾਲ ਟੀਮ ਉਪ ਜੇਤੂ ਰਹੀ ਸੀ। ਅੱਜ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 22 ਮਾਰਚ ਨੂੰ ਸ਼ੇਅਰ ਬਾਜ਼ਾਰ ਦੇ ਵਿੱਚ ਫਲੈਟ ਟ੍ਰੇਡਿੰਗ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 100 ਅੰਕਾਂ ਦੇ ਵਾਧੇ ਦੇ ਨਾਲ 72,750 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਵੀ 40 ਅੰਕ ਚੜ੍ਹ ਕੇ 22,060 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਤੋਂ 22 ਦੇ ਵਿੱਚ ਵਾਧਾ ਅਤੇ 8 ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਆਟੋਮੋਬਾਈਲ ਕੰਪਨੀ ਕੀਆ ਇੰਡੀਆ 1 ਅਪ੍ਰੈਲ 2024 ਤੋਂ ਆਪਣਾ ਵਾਹਨਾਂ ਦੀਆਂ ਕੀਮਤਾਂ ਦੇ ਵਿੱਚ 3% ਤੱਕ ਦਾ ਵਾਧਾ ਕਰੇਗੀ। ਵਾਹਨ ਨਿਰਮਾਣ ਕੰਪਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਅਤੇ ਸਪਲਾਈ ਚੇਨ ਦੇ ਨਾਲ ਜੁੜੀਆਂ ਲਾਗਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੀਆ ਸੈਲਟੋਸ, ਸੋਨੈਟ ਅਤੇ ਕੈਰੈਂਸ ਮਾਡਲ ਵੇਚਦੀ ਹੈ। ਕੰਪਨੀ ਨੇ ਇਸ ਸਾਲ ਪਹਿਲੀ ਵਾਰ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਸਟਾਰਟਅਪ ਇਸ ਸਾਲ ਲਗਭਗ 1,00,000 ਕਰੋੜ ਦੀ ਪੂੰਜੀ ਜੁਟਾ ਸਕਦੇ ਨੇ। ਸਟਾਰਟਅਪ ਮਹਾਕੁੰਭ ਵਿੱਚ ਉੱਦਮ ਪੂੰਜੀ ਫੋਰਮ ਪੀਕ ਦੇ ਪ੍ਰਬੰਧ ਨਿਰਦੇਸ਼ਨ ਰਾਜਨ ਆਨੰਦ ਨੇ ਕਿਹਾ ਹੈ ਕਿ ਉਮੀਦ ਹੈ ਕਿ ਭਾਰਤ ਸਟਾਰਟਅਪ ਇਸ ਸਾਲ 8 ਤੋਂ 12 ਅਰਬ ਡਾਲਰ ਇਕੱਠੇ ਕਰ ਸਕਦਾ ਹੈ। ਪੀਟੀਐਮ ਨੇ ਆਪਣੇ ਸਾਰੇ ਗਾਹਕਾਂ ਅਤੇ ਸ਼ੇਅਰ ਧਾਰਕਾਂ ਨੂੰ ਭਰੋਸਾ ਦਿੱਤਾ ਹੈ ਕਿ ਪੀਟੀਐਮ ਦੀਆਂ UPI ਸੇਵਾਵਾਂ ਪਹਿਲਾਂ ਵਾਂਗ ਕੰਮ ਕਰਦੀਆਂ ਰਹਿਣਗੀਆਂ। ਦਰਅਸਲ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਪੀਟੀਐਮ ਦੀ ਮੂਲ ਕੰਪਨੀ 197 ਕਮਿਊਨੀਕੇਸ਼ਨ ਨੂੰ ਵੱਖ ਵੱਖ ਬੈਂਕਾਂ ਦੇ ਨਾਲ ਤੀਜੀ ਧਿਰ ਐਪਲੀਕੇਸ਼ਨ ਵਜੋਂ ਮਨਜ਼ੂਰੀ ਦਿੱਤੀ ਹੈ।
ਜਿਸ ਦੇ ਤਹਿਤ ਕੰਪਨੀ ਦੀਆਂ UPI ਸੇਵਾਵਾਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ। ਭਾਰਤੀ ਖਿਡਾਰੀ ਭਲੇ ਹੀ ਇਸ ਸਾਲ ਜੁਲਾਈ ਅਗਸਤ ਦੇ ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਨੇ, ਪਰ ਭਾਰਤ ਸਰਕਾਰ ਨੇ 2036 ਓਲੰਪਿਕ ਦੀ ਮੇਜ਼ਬਾਨੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਭਾਰਤ 2030 ਦੇ ਵਿੱਚ ਯੂਥ ਓਲੰਪਿਕ ਅਤੇ 2036 ਦੇ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਲਈ ਕੋਈ ਕਸਰ ਨਹੀਂ ਛੱਡੇਗਾ। ਜਾਵੇਦ ਅਖਤਰ ਨੇ ਸਲੀਮ ਖਾਨ ਤੋਂ ਵੱਖ ਹੋਣ ਦੀ ਦੱਸੀ ਵਜ੍ਹਾ, ਕਿਹਾ ਜਦੋਂ ਤੱਕ ਦੋ ਵਿਅਕਤੀ ਇਕੱਠੇ ਹੁੰਦੇ ਨੇ ਉਹ ਦੋਸਤ ਰਹਿੰਦੇ ਨੇ, ਪਰ ਜਿਵੇਂ ਹੀ ਕੋਈ ਤੀਜਾ ਜਾਂ ਚੌਥਾ ਵਿਅਕਤੀ ਉਹਨਾਂ ਦੇ ਵਿੱਚ ਆਉਂਦਾ ਹੈ ਤਾਂ ਦੋਸਤੀ ਖਤਮ ਹੋ ਜਾਂਦੀ ਹੈ। ਬਾਲੀਵੁੱਡ ਅਭਿਨੇਤਰੀ ਹੁਮਾ ਕੁਰੇਸ਼ੀ ਨੇ ਆਪਣੀ ਸਵੀਰ ਦੀ ਇੱਕ ਝਲਕ ਸਾਂਝੀ ਕੀਤੀ ਇੰਸਟਾਗ੍ਰਾਮ 'ਤੇ। ਭਾਰਤੀ ਪਹਿਰਾਵੇ ਦੇ ਵਿੱਚ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਕੀਤੀਆਂ ਸ਼ੇਅਰ। ਦੀਵਾਨ ਸ਼ਾਹ ਨੇ ਆਪਣੇ ਮਾਤਾ ਪਿਤਾ ਦਾ ਕੀਤਾ ਧੰਨਵਾਦ, ਜਿਨ੍ਹਾਂ ਭਾਰਤੀ ਸਾਹਿਤ ਦੀ ਡੁੰਘਾਈ ਨੂੰ ਸਮਝਣ ਦੇ ਵਿੱਚ ਕੀਤੀ ਸੀ ਉਸ ਦੀ ਮਦਦ। ਕਿਹਾ ਨਿਸਰੂਦੀਨ ਸ਼ਾਹ ਅਤੇ ਰਤਨਾ ਪਾਠਕ ਸ਼ਾਹ ਨੇ ਮੋਟਲੀ ਪ੍ਰੋਡਕਸ਼ਨ ਥੀਏਟਰ ਗਰੁੱਪ ਦੇ ਵਿੱਚ ਬਹੁਤ ਮਿਹਨਤ ਅਤੇ ਸਮਾਂ ਲਾਇਆ, ਇਸੇ ਕਾਰਨ ਉਹ ਥੀਏਟਰ ਦੇ ਵਿੱਚ ਅਨੁਸ਼ਾਸਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਨੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।